ਅੱਲ ਕਰੀਏ ਵੀ ਕਦੇ ਤੁਸੀਂ ਬਦਾਮਾਂ ਨਾਲ 슈ਗਰ ਠੀਕ ਹੁੰਦਾ ਦੇਖਿਆ ਬਾਦਾਮ ਖਾ ਕੇ ਤੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਬਦਾਮ ਖਾ ਕੇ ਆਪਦਾ 슈ਗਰ ਠੀਕ ਕਰੋ ਘਰੇ ਬੈਠੇ ਤੁਹਾਨੂੰ ਦਵਾਈਆਂ ਜ਼ਿਆਦਾ ਲੈਣ ਦੀ ਲੋੜ ਨਹੀਂ ਤੁਸੀਂ ਬਦਾਮ ਖਾ ਕੇ ਆਪਦਾ 슈ਗਰ ਠੀਕ ਕਰ ਸਕਦੇ ਹੋ ਤੇ ਨਾਲੇ ਨਾਲੇ ਸਰੀਰ ਨੂੰ ਤਾਕਤ ਵੀ ਦੇ ਸਕਦੇ ਹੋ ਤੇ ਮੈਂ ਜਿਹੜੀਆਂ ਵੀ ਤੁਹਾਨੂੰ ਦਵਾਈਆਂ ਦੱਸਦੀਆਂ ਜਿਹੜੀਆਂ ਵੀ ਤੁਹਾਨੂੰ ਮੈਂ ਘਰੇਲੂ ਨੁਕਸੇ ਦੱਸਦੀਆਂ ਉਹ ਜ਼ਿਆਦਾਤਰ ਤਾਕਤ ਵਾਲੀ ਹੁੰਦੀ ਹੈ ਜੀ ਜਿੰਨੀ ਵੀ ਆਪਾਂ ਬਿਮਾਰੀਆਂ ਤੋਂ ਆਪਾਂ ਘਰੇਲੂ ਨੁਕਸੇ ਅਪਣਾਉਂਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਵੀ ਕਦੇ ਤੁਸੀਂ ਬਦਾਮਾਂ ਨਾਲ 슈ਗਰ ਠੀਕ ਹੁੰਦਾ ਦੇਖਿਆ ਬਾਦਾਮ ਖਾ ਕੇ ਤੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਬਦਾਮ ਖਾ ਕੇ ਆਪਦਾ 슈ਗਰ ਠੀਕ ਕਰੋ ਘਰੇ ਬੈਠੇ ਤੁਹਾਨੂੰ ਦਵਾਈਆਂ ਜ਼ਿਆਦਾ ਲੈਣ ਦੀ ਲੋੜ ਨਹੀਂ ਤੁਸੀਂ ਬਦਾਮ ਖਾ ਕੇ ਆਪਦਾ 슈ਗਰ ਠੀਕ ਕਰ ਸਕਦੇ ਹੋ ਤੇ ਨਾਲੇ-ਨਾਲੇ ਸਰੀਰ ਨੂੰ ਤਾਕਤ ਵੀ ਦੇ ਸਕਦੇ ਹੋ ਤੇ ਮੈਂ ਜਿਹੜੀਆਂ ਵੀ ਤੁਹਾਨੂੰ ਦਵਾਈਆਂ ਦੱਸਦੀਆਂ ਜਿਹੜੀਆਂ ਵੀ ਤੁਹਾਨੂੰ ਮੈਂ ਘਰੇਲੂ ਨੁਕਸੇ ਦੱਸਦੀਆਂ ਉਹ ਜ਼ਿਆਦਾਤਰ ਤਾਕਤ ਵਾਲੇ ਹੁੰਦੇ ਆ ਜੀ ਜਿੰਨੀ ਵੀ ਆਪਾਂ ਬਿਮਾਰੀਆਂ ਤੋਂ ਆਪਾਂ ਘਰੇਲੂ ਨੁਕਸੇ ਅਪਣਾਉਣੇ ਉਹ ਨਾਲ-ਨਾਲ ਤਾਕਤ ਵੀ ਦਿੰਦੇ ਆ ਤੇ ਅੱਜ ਜਿਹੜਾ ਆਪਾਂ ਕਮਾਲ ਦਾ ਨੁਕਸਾ ਲੈ ਕੇ ਆਏ ਆ ਜੀ ਉਹ ਤੁਸੀਂ ਧਿਆਨ ਨਾਲ ਸੁਣੋ ਥੋੜਾ ਜਿਹਾ ਆਪਾਂ 슈ਗਰ ਨੂੰ ਕੰਟਰੋਲ ਕਰਨ ਵਾਸਤੇ ਬਦਾਮ ਦੱਸ ਦੇ ਵੀ ਤੁਸੀਂ ਬਦਾਮ ਖਾਓ ਉਹ ਖਾਣੇ ਕਿਹੜੇ ਤਰੀਕੇ ਆ ਮੈਂ ਤੁਹਾਨੂੰ ਉਹ ਦੱਸਦੀ ਆ ਤੁਸੀਂ ਨੋਟ ਕਰ ਲਓ ਬਾਕੀ ਮੈਂ ਲਿਖ ਕੇ ਵੀ ਵੀਡੀਓ ਦੇ ਉੱਤੇ ਪਾ ਦੂੰਗੀ ਜੀ ਤੁਸੀਂ ਨੋਟ ਕਰਕੇ ਰੱਖੋ ਇਹਨਾਂ ਚੀਜ਼ਾਂ ਨੂੰ ਆਪਾਂ ਕੀ ਕਰਨਾ ਹੈਗਾ ਵੀ 100 ਬਦਾਮ ਲੈਣਾ 100 ਗਿਰੀ ਬਦਾਮ ਦੀ ਲੈਣੀ ਹੈ ਜੀ ਆਪਾਂ ਵਧੀਆ ਬਦਾਮ ਹੋਣ ਚੰਗੇ ਤੇਲ ਵਾਲੇ ਨਹੀਂ ਵੀ ਆਪਾਂ ਨੂੰ ਕਈ ਵਾਰੀ ਸੁੱਕੇ ਜਿਹੇ ਬਦਾਮ ਮਿਲ ਜਾਂਦੇ ਆ ਤੇ ਫਿਰ ਆਪਾਂ ਨੂੰ ਉਹਨਾਂ ਦੇ ਵਿੱਚੋਂ ਜਿਹੜਾ ਆਪਾਂ ਘੋ ਤੇਲ ਲੈਣਾ ਹੁੰਦਾ ਉਹ ਤਾਂ ਫਿਰ ਮਿਲਦਾ ਨਹੀਂ ਹੈਗਾ ਉਹ ਸੁੱਕੇ ਬਦਾਮਾਂ ਨੂੰ ਖਾਦਿਆਂ ਦਾ ਕੋਈ ਫਾਇਦਾ ਨਹੀਂ ਤੁਸੀਂ ਕੀ ਕਰਨਾ ਵਧੀਆ ਤੇਲ ਵਾਲੇ ਬਦਾਮ ਲੈਣੇ ਚੰਗੀ ਕੰਪਨੀ ਦੇ ਲੈ ਆਇਓ ਜੀ ਤੁਸੀਂ ਵਧੀਆ ਵੈਰਾਈਟੀ ਦੇ 100 ਦਾਣੇ ਤਾਂ 100 ਕਿਰੀਆ ਤਾਂ ਤੁਸੀਂ ਲੈਣੀਆਂ ਨੇ ਬਦਾਮ ਦੀਆਂ ਤੇ 100 ਪੱਤਾ ਤੁਸੀਂ ਲੈਣਾ ਹੈ ਜੀ ਨਿੰਮ ਦਾ ਵਧੀਆ ਨਿੰਮ ਦਾ ਤੇ 100 ਪੱਤਾ ਹੀ ਗਿਣ ਕੇ ਤੁਸੀਂ ਲੈਣਾ ਹੈਗਾ ਤુલਸੀ ਦਾ ਤੇ 100 ਹੀ ਲੈਣੀ ਹੈ ਤੁਸੀਂ ਕਾਲੀ ਮਿਰਚ ਇੰਨਾ ਚਾਰੇ ਚੀਜ਼ਾਂ ਦੀ ਡੋਜ਼ ਇੱਕੋ ਜੀ ਮਾਤਰਾ ਦੇ ਵਿੱਚ ਹੀ ਹੋਣੀ ਚਾਹੀਦੀ ਹੈ 100 ਬਦਾਮ ਦੀ ਗਿਰੀ 100 ਪੱਤਾ ਨਿੰਮ ਦਾ ਵਧੀਆ ਕੱਚਾ-ਕੱਚਾ ਤੇ 100 ਤુલਸੀ ਦੇ ਪੱਤੇ ਤੇ 100 ਕਾਲੀਆਂ ਮਿਰਚਾਂ ਇਹਨੂੰ ਤੁਸੀਂ ਰਗੜ ਲਓ ਇਹਨੂੰ ਤੁਸੀਂ ਲੋਹੇ ਦੇ ਮਾਮਜਿਸਤੇ ਦੇ ਵਿੱਚ ਰਗੜਨਾ ਜੀ ਨਾ ਕਿ ਕਿਸੇ ਕੁੰਡੇ ਛੋਟੇ ਨਾਲ ਕਿਸੇ ਨਾਲ ਨਹੀਂ ਲੋਹੇ ਦੇ ਮਾਮਜਿਸਤੇ ਦੇ ਵਿੱਚ ਰਗੜਨਾ ਤੇ ਇਹਨੂੰ ਇੰਨਾ ਰਗੜਨਾ ਵੀ ਜਿੰਨਾ ਚਿਰ ਬਦਾਮ ਆਪਦਾ ਤੇਲ ਨਾ ਛੱਡ ਦੇਣ ਵਧੀਆ ਹੈ ਇੱਕ ਜਾਣਨਾ ਹੋਵੇ ਇੱਕ ਜਾਣ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵਧੀਆ ਤੁਸੀਂ ਫਿਰ ਇਹਦੀਆਂ ਗੋਲੀਆਂ ਬਣਾ ਲਓ ਜੀ ਛੋਲਿਆਂ ਦੇ ਦਾਣੇ ਜਿੱਡੀਆਂ ਜਿੱਡੀਆਂ ਵਧੀਆ ਇਹਦੀਆਂ ਗੋਲੀਆਂ ਬਣਾ ਲਓ ਛੋਲਿਆਂ ਦੇ ਦਾਣੇ ਜਿੱਡੀਆਂ ਜਿੱਡੀਆਂ ਤੇ ਤੁਸੀਂ ਦੋ ਸਵੇਰੇ ਤੇ ਦੋ ਸ਼ਾਮ ਨੂੰ ਲੈ ਲਓ ਤੇ ਨਾਲ ਤੁਸੀਂ ਤੀਜੇ ਚੌਥੇ ਦਿਨੋਂ ਘਿਓ ਦੀ ਘੁੱਟ ਵੀ ਭਰ ਲਿਆ ਕਰੋ ਕਿਉਂਕਿ ਆਪਾਂ ਇਹਦੇ ਵਿੱਚ ਨਿੰਮ ਪਾਉਨੇ ਆ ਇਸ ਕਰਕੇ ਕਹਿੰਦੇ ਵੀ ਖੁਸ਼ਕੀ ਨਾ ਹੋਵੇ ਬਾਕੀ ਬਦਾਮ ਇਹਦੇ ਵਾਸਤੇ ਦਿੱਤੇ ਹੁੰਦੇ ਜੀ ਵੀ ਇਹ ਖੁਸ਼ਕ ਨਾ ਹੋਵੇ ਪਰ ਮੈਂ ਫਿਰ ਵੀ ਤੁਹਾਨੂੰ ਕਹਿਣੀ ਆ ਵੀ ਨਾਲ-ਨਾਲ ਤੁਸੀਂ ਘਿਓ ਜ਼ਰੂਰ ਖਾਇਆ ਕਰੋ ਘਿਓ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਜੀ ਘਿਓ ਬਹੁਤ ਚੰਗਾ ਹੁੰਦਾ ਸਰੀਰ ਵਾਸਤੇ ਤੇ ਘਿਓ ਕੋਈ ਜ਼ਿਆਦਾ ਸ਼ੂਗਰ ਨਹੀਂ ਵਧਾਉਂਦਾ ਹੁੰਦਾ ਜੀ ਘਿਓ ਮਿੱਠਾ ਨਾਲ ਹੀ ਸ਼ੂਗਰ ਜ਼ਿਆਦਾ ਵੱਧ ਹੈ ਇਨਸੂਲਿਨ ਘਟ ਜਾਂਦੀ ਹੈ ਜਦੋਂ ਆਪਣੀ ਮਿੱਠਾ ਖਾਣ ਨਾਲ ਤੇ ਤੁਸੀਂ ਘਿਓ ਵੀ ਨਾਲ-ਨਾਲ ਇਹਦੇ ਖਾਂਦੇ ਰਹੋ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਧੀਆ ਬਣਾ ਕੇ ਤੇ ਆਪਦਾ 슈ਗਰ ਦੀ ਬਿਮਾਰੀ ਨੂੰ ਦੂਰ ਕਰੋ ਤੁਸੀਂ ਬਹੁਤ ਵੈਸਟ ਰਿਜ਼ਲਟ ਹੈ ਜੀ ਜਿਨ੍ਹਾਂ ਨੇ ਇਹ ਖਾਦਾ ਹੈਗਾ ਉਹਨਾਂ ਦੇ ਮੇਰੇ ਕੋਲੇ ਕਾਲ ਆਉਂਦੇ ਜਿਨ੍ਹਾਂ ਨੂੰ ਮੈਂ ਦੱਸਦੀਆਂ ਇਹ ਤੇ ਅੱਜ ਮੈਂ ਵੀਡੀਓ ਬਣਾ ਕੇ ਤਾਂ ਪਾਈ ਆ ਵੀ ਇਹ ਸਾਰੇ ਵੀਰਾ ਭੈਣਾਂ ਦਾ ਫਾਇਦਾ ਹੋਵੇ ਤੇ ਸਾਰੇ ਇਹ ਤੋਂ ਲਾਹਾ ਘਟਣ ਜੀ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਪਤਾ ਨਹੀਂ ਕਿੰਨਾ ਕੁ ਦਾ ਭਲਾ ਹੁੰਦਾ ਹੈਗਾ ਘਰੇ ਬੈਠਾ ਗਲਾਬ ਦਾ ਇਲਾਜ ਕਰ ਲੈਂਦਾ ਘਰੇ ਰਸੋਈ ਦੇ ਵਿੱਚ ਹੀ ਆਪਣਾ ਸਮਾਨ ਆਹਾ ਤુલਸੀ ਦੇ ਪੱਤੇ ਤੇ ਨਿੰਮ ਦੇ ਪੱਤੇ ਤਾਂ ਆਪਾਂ ਨੂੰ ਆਮ ਹੀ ਮਿਲ ਜਾਂਦੀਆਂ ਕਾਲੀਆਂ ਮਿਰਚਾਂ ਆਪਣੇ ਘਰੇ ਹੀ ਪਈਆਂ ਹੁੰਦੀਆਂ ਬਾਦਾਮ ਪਏ ਹੁੰਦੇ ਆ ਅਗਰ ਹੈ ਨਹੀਂ ਤਾਂ ਤੁਸੀਂ ਲੈ ਆਓ ਤੇ ਇਹਨੂੰ ਖਰ ਲੈਣਾ ਕਰਨਾ ਵੀ ਮਤਲਬ ਜੀ ਜਾਨ ਲਾ ਕੇ ਵੀ ਹਾਂ ਆਪਾਂ ਕੋਈ ਚੀਜ਼ ਤਿਆਰ ਕਰ ਲਈ ਖਾਣ ਵਾਸਤੇ ਇਸ ਤੋਂ ਬਾਅਦ ਆਪਾਂ ਹੋਰ ਵੀ ਤੁਹਾਡੇ ਵਾਸਤੇ ਵਧੀਆ-ਵਧੀਆ ਚੀਜ਼ਾਂ ਲੈ ਕੇ ਆਇਆ ਕਰਾਂਗੇ ਜਿਹੜੇ ਦੱਸਿਆ ਕਰਾਂਗੇ ਵੀ ਆਪਣੇ ਸਰੀਰ ਦੀ ਜਾਣ ਕਿਵੇਂ ਪੈਂਦੀ ਹੈ ਤੇ ਤੁਸੀਂ ਇਹ 슈ਗਰ ਵਾਲਾ ਜਿਹੜਾ ਫਾਰਮੂਲਾ ਮੈਂ ਤੁਹਾਨੂੰ ਦੱਸਦੀ ਆ ਬਣਾ ਕੇ ਅਪਣਾਓ ਜੀ ਤੇ 슈ਗਰ ਦੀ ਬਿਮਾਰੀ ਤੋਂ ਰਾਹਤ ਪਾਓ ਤੁਸੀਂ ਠੀਕ ਹੈ ਜੀ ਮਿਲਦੇ ਆ ਫਿਰ ਹੋਰ ਕਿਸੇ ਚੰਗੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ